भलो भलो रे कीर्तनिया। भारत की रूहानियत की परंपरा के हर पहलू नु उजागर करते चैनल श्रद्धा MH1 दे उते मैं निमी सिंह तुहाडे सारेयां दा निग्गा स्वागत करदी आं ते तुहाडे सामने एक बार फिर लेके आई आं तुहाडा अपना मनपसंद प्रोग्राम जिदे विच असीं तलाश दे ते तराश दे पए आं साडे हिंदुस्तान दे नौजवान कीर्तनिए। ਤੇ ਦਰਸ਼ਕੋ ਸਾਡੇ ਇਹਨਾਂ ਨੌਜਵਾਨ ਪ੍ਰਤੀਯੋਗੀਆਂ ਨੇ ਸਾਡੇ ਜੱਜਸ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਇਹ ਤਾਂ ਤੁਸੀਂ ਪਿਛਲੇ ਐਪੀਸੋਡ ਵਿੱਚ ਵੇਖ ਹੀ ਲਿਆ ਤੇ ਆਓ ਇੱਕ ਵਾਰ ਫਿਰ ਪ੍ਰੀ ਕੁਆਟਰ ਫਾਈਨਲ ਰਾਊਂਡਸ ਦੇ ਇਸ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਤੇ ਬੁਲਾਉਂਦੇ ਹਾਂ ਸਾਡੇ ਅਗਲੇ ਕੰਟੈਸਟੈਂਟ ਨੂੰ। ਸ਼ਰਧਾ MH1 ਚੈਨਲ ਦਾ ਇਹ ਨਵੇਕਲਾ ਪ੍ਰੋਗਰਾਮ ਗੁਰਮਤਿ ਦੇ ਸੰਗੀਤ ਦੇ ਖੇਤਰ ਵਿੱਚ ਪਹਿਲਾ ਕਦਮ ਹੈ। ਗੁਰਸਿੱਖ ਸੰਗਤਾਂ ਨੇ ਇਸ ਕਾਰਜ ਨੂੰ ਬਹੁਤ ਸਲਾਹਿਆ ਹੈ। ਸ਼ਰਧਾ MH1 ਚੈਨਲ ਦੇ ਸਮੂਹ ਸੇਵਾਦਾਰ ਵਧਾਈਆਂ ਦੇ ਪਾਤਰ ਨੇ। ਪ੍ਰੋਗਰਾਮ ਦੀ ਸ਼ੁਰੂਆਤ ਹੈ ਆਪ ਸੰਗਤਾਂ ਦੇ ਅਸੀਸਾਂ ਸਦਕਾ। ਗੁਰਦੇਵ ਸਿੰਘ ਦੀ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ, ਤੁਹਾਨੂੰ ਜੀਓ ਆਇਆ ਤੇ ਕੀ ਸੁਣਾਓਗੇ ਤੁਸੀਂ? ਰੀਤ ਕੇ ਰਾਗ ਰੀਤ ਸੁਣਾਓਗੇ? ਹਾਂਜੀ ਸੁਣਾਓ ਜੀ। अत प्रीतम मनमोहना कट सोहना प्राण तदा ਅੰਤਰਾ ਵੀ ਤੁਸੀਂ ਸੁਣੋ। ਥੋੜਾ ਧਿਆਨ ਰੱਖੋ ਤੇ ਲੈਦਾ ਵੀ, ਲੇਕਿਨ ਅਗਲੇ ਰਾਉਂਡ ਲਈ ਹੋਰ ਜ਼ਿਆਦੀ ਤਿਆਰੀ ਦੀ ਲੋੜ ਹੈ। ਆਵਾਜ਼ ਅੱਛੀ ਹੈ, ਤੁਹਾਨੂੰ ਸੋਝੀ ਕੀਰਤਨੀਆਂ ਬਣਨ ਲਈ ਤੁਹਾਡੇ ਕੋਲ ਬੜਾ ਹੋਰ ਮੌਕਾ ਹੈ। ਅੱਛੀ ਕੀਰਤਨੀ ਅੱਜ ਦੇ ਪ੍ਰੋਗਰਾਮ ਲਈ ਜੱਜਮੈਂਟ ਕਰਨ ਵਾਸਤੇ ਸਾਡੇ ਜੱਜ ਸਾਹਿਬਾਨ, ਜੋ ਉਹਨਾਂ ਨੇ ਆਪਣਾ ਫੈਸਲਾ ਤੁਹਾਨੂੰ ਸੁਣਾਇਆ ਹੈ, ਖਿਆਲ ਰੱਖਣਾ ਹੈ। ਤੁਹਾਡੀ ਆਵਾਜ਼ ਵਿੱਚੋਂ ਭਾਈ ਬਖਸ਼ੀਸ਼ ਸਿੰਘ ਹੋਰਾਂ ਦੀ ਆਵਾਜ਼ ਦੀ ਝਲਕ ਪੈਂਦੀ ਹੈ। ਤੁਹਾਨੂੰ ਜੀਓ ਆਇਆ, ਜਿਵੇਂ ਇਹਨਾਂ ਨੇ ਦੱਸਿਆ ਵੀ ਤੁਸੀਂ ਹੋਰ ਤਿਆਰੀ ਕਰਨੀ ਹੈ। ਮੋਹੇ ਪਰਦੇ
संग दूर ते आ ख्याल अच्छा गाने हो अच्छा प्ले कर दे हो पर उन्ना क गाओ उन्ना कमाओ कि जिन्ना कि तुहाडा गला सह सकदा है ना मैं बेशक सिंपल गाओ असीं इह नहीं देखणा असीं क्योंकि कीर्तन दे नाल संबंधित आ बेशक सिंपल गाओ सानू कोई गल नहीं पर उन्ना कमाओ जिन्ना तुसीं कर सकदे कई बारी ज्यादा दिखाण दे नाल भी सानू प्रॉब्लम है गुस्सा नहीं करना पर इहनूं तैयारी दी होर लोड़ आ बेशक तुसीं अगे कॉम्पीटिशन चाहोगे पर इदां इन्ना गाओ जिन्ना तुहानूं तुसीं जो साढ़े जस साहबाना ने दसिया ना इन गलों का तुसी ख्याल रखना तुसी भलो भलो रे कीर्तनिया विच आए तुहानू जीओ है कंठे माला जेहवारा कंठे माला जेहवारा कंठे Thank you.
ਸਾਹਸ ਨਾਮ ਲੈ ਲੈ ਕਰੋ ਸਲਾਮ ਕੰਠੇ ਮਾਲਾ ਜਿਹਵਾ ਰਾਮ 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 ਕੰਠੇ ਮਾਲਾ ਜਿਹਵਾ ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੈ ਕੰਬਜ ਤੀਰ ਜਹਾਂ ਬਸੈ ਕੰਬਜ ਤੀਰ ਸਾਹਸ ਨਾਮ ਲੈ ਲੈ ਕਰੋ ਸਲਾਮ ਬਹੁਤ ਵਧੀਆ ਅੱਗੇ ਜੋ ਫੈਸਲਾ ਜੱਜ ਸਾਹਿਬਾਨ ਦਾ ਦਲਜੀਤ ਸਿੰਘ ਜੀ ਬਹੁਤ ਅੱਛਾ ਗਾਇਆ ਤੁਸੀਂ ਅੱਗੇ ਕੰਪੀਟੀਸ਼ਨ ਚਾਹੋਗੇ ਤੇ ਪਰ ਇਹ ਵੀ ਇਕੱਲਾ ਰੀਤ ਨਹੀਂ ਅੱਗੇ ਕੰਪੀਟੀਸ਼ਨ ਬਹੁਤ ਕੁਝ ਸੁਣਨਾ ਸ਼ਬਦ ਨੂੰ ਵੀ ਸਪਸ਼ਟ ਕਰਨਾ ਥੋੜੇ ਬੋਲ ਜਿਹੜੇ ਸ਼ਬਦ ਦੇ ਤੇ ਭਾਈ ਨਿਰਮਲ ਸਿੰਘ ਹਾਰਮੋਨੀਅਮ ਜਿਹੜਾ ਤੁਸੀਂ ਪਲੇ ਕਰਦੇ ਹੋ ਅੱਛਾ ਹੈ ਲੇਕਿਨ ਸਦਾ ਇੱਕ ਗੱਲ ਯਾਦ ਰੱਖੋ ਕਿ ਸਾਜ਼ਾਂ ਦੀ ਜਿਹੜੀ ਆਵਾਜ਼ ਹੈ ਉਹ ਤੁਹਾਡੇ ਸ਼ਬਦ ਤੇ ਜਾਂ ਤੁਹਾਡੀ ਆਵਾਜ਼ ਤੇ ਭਾਰੂ ਨਾ ਹੋਵੇ ਮੇਨ ਕਲਾਕਾਰ ਹੈ ਸਾਜ਼ ਬਾਤ ਵਿੱਚ ਹੈ ਇਹਦਾ ਧਿਆਨ ਰੱਖਣਾ ਸ਼ਾਬਾਸ਼ ਫਰੀਦਾ ਪਰਮਿੰਦਰ ਜੀ ਅਸੀਂ ਅੱਗੇ ਤੁਸੀਂ ਕੰਪੀਟੀਸ਼ਨ 'ਚ ਆ ਹੀ ਰਹੇ ਹੋ ਅਤੇ ਪਰ ਇਹ ਦੇਖੋ ਵੀ ਪ੍ਰੋਪਰਲੀ ਗਾਓ ਜਿਹੜਾ ਸ਼ਬਦ ਆ ਉਹਨੂੰ ਪ੍ਰੋਪਰ ਸ਼ਬਦ ਨੂੰ ਪ੍ਰਧਾਨ ਰੱਖ ਕੇ ਗਾਓ ਘੁੰਮਾ ਕੇ ਨਾ ਗਾਓ ਸਾਨੂੰ ਸ਼ਬਦ ਸਪਸ਼ਟ ਹੋਵੇ ਨਾਲੇ ਜਿੰਨਾ ਗਾ ਸਕਦੇ ਓਨਾ ਹੀ ਨਹੀਂ ਕਈ ਵਾਰੀ ਵਾਧੂ ਸੁਰ ਲਾਉਂਦੇ ਆਪਾਂ ਉਹ ਲੱਗਦੀ ਨਹੀਂ ਹੈ ਨਾ ਜਿੰਨੀ ਸੁਰ ਲੈਣਾ ਸ਼ਬਦ ਪ੍ਰਧਾਨ ਰੱਖਣਾ ਇਸ ਕੀ ਪ੍ਰੋਗਰਾਮ ਦਾ ਇਹੀ ਮਕਸਦ ਆ ਅਗਾਂਹ ਤੋਂ ਤੁਸੀਂ ਕੁਝ ਓਵਰ ਲੱਗ ਰਿਹਾ ਸੀ ਕਿ ਜਿਵੇਂ ਤੁਸੀਂ ਇਹਨੂੰ ਜ਼ਿਆਦਾ ਵਧੀਆ ਢੰਗ ਨਾਲ ਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਉਹਦੇ ਵਿੱਚ ਫਿੱਕਾਪਨ ਆ ਰਿਹਾ ਇਸ ਨੂੰ ਤੁਸੀਂ ਤਸੱਲੀ ਨਾਲ ਗਾਓ ਤੇ ਮੇਰਾ ਖਿਆਲ ਹੋਰ ਜ਼ਿਆਦਾ ਵਧੀਆ ਹੋ ਸਕਦਾ ਫਿਰ ਵੀ ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ ਤੁਸੀਂ ਤਿਆਰੀ ਕਰੋ ਇਸ ਯੁੱਗ ਨੂੰ ਸੇਧ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਤੁਰੀ ਇਸ ਰੂਹਾਨੀ ਸੰਗੀਤ ਦੀ ਪਰੰਪਰਾ ਦਾ ਭਵਿੱਖ ਨੇ ਸਾਡੇ ਇਹ ਨੌਜਵਾਨ ਕੀਰਤਨੀਏ ਤੇ ਇਹਨਾਂ ਦੇ ਨਾਲ ਅਸੀਂ ਰੂਬਰੂ ਹੋਵਾਂਗੇ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਭਲੋ ਭਲੋ ਰੇ ਕੀਰਤਨੀਆ ਗੁਰਬਾਣੀ ਇਸ ਜਗ ਮਹਿਚਾਨਣ ਇਸ ਚਾਨਣ ਨੂੰ ਬੜੇ ਹੀ ਸੁਰੀਲੇ ਢੰਗ ਦੇ ਨਾਲ ਚਾਰੋ ਪਾਸੇ ਬਖੇਰਦੇ ਪ੍ਰੋਗਰਾਮ ਭਲੋ ਭਲੋ ਰੇ ਕੀਰਤਨੀਆ ਦੇ ਵਿੱਚ ਮੈਂ ਨਿਮੀ ਸਿੰਘ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਦਰਸ਼ਕੋ ਸਾਡੇ ਪ੍ਰੀ ਕੁਆਟਰ ਫਾਈਨਲ ਰਾਊਂਡ ਦਾ ਇੱਕ ਬੜਾ ਹੀ ਮਨਮੋਹਕ ਸਿਲਸਿਲਾ ਚੱਲਦਾ ਪਿਆ ਤੇ ਆਓ ਇਸ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਤੇ ਸੱਦਾ ਦਿੰਦੇ ਹਾਂ ਸਾਡੇ ਅਗਲੇ ਪ੍ਰਤੀਯੋਗੀ ਨੂੰ ਤੋਰੀ ਰਾਮ ਤੂੰ ਸਮਰੱਥ ਵੱਡਾ ਮੇਰੀ ਮਤ ਤੋਰੀ ਰਾਮ ਤੂੰ ਸਮਰੱਥ
ਪੜਾ ਮੇਰੀ ਮਤ ਤੋਰੀ ਸਮਰਤ ਪਾਲੈ ਅਕਿਰਤਣਾ ਪੂਰਨ ਦ੍ਰਿਸ਼ਟ ਤੇਰੀਰਾ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਸਮਰਥ ਤੇਰੀ ਮਤ ਤੋਰੀ ਅਪਾਰ ਕਰਤੇ ਉਹ ਨਿਜ ਕਿਸ਼ੂਨਾ ਜਾਨਾ ਅਗਾਤ ਬੋਧ ਅਪਾਰ ਕਰਤੇ ਉਹ ਨਿਜ ਕਿਸ਼ੂਨਾ ਜਾਨਾ ਰਤਨ ਪਿਆ ਰਹਿਣ ਕੌਡੀ ਪਸੂ ਨੀਚ ਆਨਾ ਰਤਨ ਤਿਆਗ ਸੰਗ ਰਹਿਣ ਕੌਡੀ ਪਸੂ ਵਾਹਿਗੁਰੂ ਜੀ। ਦਿਲਵਾਗ ਸਿੰਘ ਜੀ ਬਹੁਤ ਅੱਛਾ ਗਾਇਆ। ਮੈਨੂੰ ਭਾਈ ਨਿਰਮਲ ਸਿੰਘ ਹੋਰੀ ਸਰਦਾਰ ਬ੍ਰਹਮਵੀਰ ਸਿੰਘ ਜੀ ਇਹਨਾਂ ਦੀ ਜੱਜਮੈਂਟ ਤੋਂ ਪਤਾ ਲੱਗ ਰਿਹਾ ਸੀ ਵੀ ਇਹ ਖੁਸ਼ ਨੇ ਅੱਗੇ ਦੱਸਣਗੇ। ਕਿਉਂ ਖੁਸ਼ ਤਾਂ ਹੁੰਦੇ ਆ ਕਿ ਜੇ ਸ਼ਬਦ ਦੀ ਸਪਸ਼ਟਤਾ ਹੋਵੇ, ਨਾਲ ਸੁਰ ਹੋਵੇ, ਤਾਲ ਹੋਵੇ ਅਤੇ ਨਾਲ ਬਾਣਾ ਵੀ ਹੋਵੇ, ਬਾਣੀ ਬਾਣਾ ਮਿਲ ਜਾਵੇ ਅਤੇ ਫਿਰ ਮੇਰਾ ਖਿਆਲ ਹੈ ਉਹ ਗੁਰਮਤਿ ਕਸੌਟੀ 'ਤੇ ਪੂਰਾ ਵੀ ਉਤਰਦਾ ਹੈ। ਅਤੇ ਇਹ ਨਹੀਂ ਸਮਝ ਲੈਣਾ ਕਿ ਤੁਸੀਂ ਹੁਣ ਉੱਚਾ ਗਿਆ ਅਤੇ ਅਗਾਂਹ ਤਿਆਰੀ ਨਾ ਕਰੋ, ਇੱਥੇ ਨਹੀਂ ਰੁਕ ਜਾਣਾ, ਠੀਕ ਹੈ ਨਾ। ਤੁਸੀਂ ਹੋਰ ਜ਼ਿਆਦਾ ਮਿਹਨਤ ਕਰੋ ਔਰ ਮੈਨੂੰ ਲੱਗਦਾ ਕਿ ਤੁਸੀਂ ਰਿਆਜ਼ ਘੱਟ ਕਰਦੇ ਹੋ, ਥੋੜ੍ਹਾ ਰਿਆਜ਼ ਮੁੜਦਾ। ਧੰਨਵਾਦ ਜੀ। ਸਰੀਰ ਗਲ ਜਾਈ ਰਾਮ ਸਿੰਘਾਂ ਜੀ ਕੇ ਜੀ।
ਸਿਮਰਨਜੀਤ ਸਿੰਘ ਜੀ ਵਧੀਆ, ਪਰ ਇੱਦਾਂ ਲੱਗਦਾ ਕਈ ਵਾਰੀ ਵੀ ਉਹਨਾਂ ਕੰਮ ਅਸੀਂ ਕਰ ਨਿਭਾ ਨਹੀਂ ਸਕਦੇ ਜਿੰਨਾ ਕਰਦੇ ਹਾਂ। ਅਸਲ ਬੜੇ ਸੋਝਵਾਨ ਨੇ ਸਾਡੇ ਮਿਊਜ਼ਿਕ ਡਾਇਰੈਕਟਰ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਮੈਂ ਉਹਦੀ ਤਾਇਦ ਕਰਦਾ ਕਿ ਗੁਰਬਾਣੀ ਕੀਰਤਨ ਅੰਦਰੋਂ ਗਾਉਣ ਦੀ ਚੀਜ਼ ਆ ਔਰ ਆਵਾਜ਼ ਦੇ ਨਾਲ ਇਹਦਾ ਸੰਬੰਧ ਹੈ, ਰੂਹ ਦੇ ਨਾਲ ਸੰਬੰਧ ਹੈ। ਸਵਾਰ ਮੀਂਡ ਖਟਕਾ ਮੁਰਕੀ ਗਮਕ ਹੱਥਾਂ ਚੋਂ ਨਹੀਂ ਨਿਕਲਦੀ, ਅੰਦਰੋਂ ਨਿਕਲਦੀ ਗਲੇ ਦੁਆਰਾ। ਤੁਹਾਡੇ ਅੱਗੇ ਹਾਰਮੋਨੀਅਮ ਰੱਖਿਆ, ਦੋ ਤਬਲੇ ਹੈ, ਤੀਸਰਾ ਤਬਲਾ ਤੁਸੀਂ ਵੀ ਨਾਲ ਵਜਾ ਰਹੇ ਹੋ, ਉਹਦੀ ਲੋੜ ਨਹੀਂ ਸੀ। ਇਹ ਇਹ ਜਿਹੜੀਆਂ ਨਾ ਇਹ ਹਰਬਲਬ ਦੇ ਮੇਲਿਆਂ 'ਤੇ ਜਾਂ ਲਖਨਊ ਦੇ ਮੇਲਿਆਂ 'ਤੇ ਚੱਲਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ, ਉਹਨੇ ਤੁਸੀਂ ਬੜੇ ਗੁਣੀ ਹੋ, ਤੁਸੀਂ ਮਿਹਨਤ ਵੀ ਕੀਤੀ ਹੋ, ਲੇਕਿਨ ਬਸੁਰਾਪਨ 'ਤੇ ਕਾਫੀ ਆਇਆ। ਫਿਰ ਵੀ ਤੁਹਾਡੇ ਗੁਣ ਨੂੰ ਅਸੀਂ ਦੇਖ ਕੇ ਅਗਲੇ ਰਾਊਂਡ 'ਚ ਤੁਹਾਨੂੰ ਲਿਆਉਂਦਾ ਸੀ, ਕੁਛ ਤੁਹਾਨੂੰ ਰੱਖ ਲਿਆ ਗਿਆ। ਪਰ ਜਿਹੜੀਆਂ ਗੱਲਾਂ ਜਸ ਸਾਹਿਬਾਨ ਹੁਣ ਆਖੀਆਂ, ਖਿਆਲ ਰੱਖਣਾ, ਗੁਰਬਾਣੀ ਗਾਈਏ ਸਹਿਜ ਨਾਲ, ਪਿਆਰ ਨਾਲ, ਰੀਤ ਗਾਈਏ ਪੂਰੀ ਸਾਦਗੀ ਨਾਲ, ਰਾਗ ਹੋਵੇ ਫਿਰ ਇੱਕ ਇੱਕ ਸੁਰ ਸਵਾਦ ਨਾਲ ਲਾਈਏ, ਉਨਾ ਹੀ ਭਾਰ ਚੁੱਕੋ ਜਿੰਨਾ ਅਸੀਂ ਲੈ ਕੇ ਤੁਰ ਸਕਦੇ, ਇੰਨਾ ਜ਼ਿਆਦਾ ਨਾ ਕਿਸੇ ਤਰ੍ਹਾਂ ਦੱਬ ਜਾਈਏ। ਥੈਂਕ ਯੂ, ਧੰਨਵਾਦ ਜੀ। ਵਾਹਿਗੁਰੂ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕੈ ਕੈ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਗੁਰੂ ਗਰੀਬਨ ਵਾਰ ਗਰੀਬਨ ਵਾਰ, ਮਨ ਮੰਦਰ ਤਨ ਵੇਸ ਕਰੁੰਦਰ, ਮਨ ਮੰਦਰ ਤਨ ਵੇਸ ਕਰੁੰਦਰ, ਕਟ ਹੀ ਤੀਰਥ ਨਾਵਾ ਕਟ ਰਚਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾਵਾਂ, ਮਨ ਮੰਦਰ ਤਨ ਵੇਸ ਕਲੰਦਰ, ਮਨ ਮੰਦ ਮਨਿੰਦਰ ਸਿੰਘ ਜੀ, ਤੁਸੀਂ ਬਹੁਤ ਅੱਛਾ ਗਾਇਆ।
ਜੱਜ ਸਾਹਿਬਾਨਾਂ ਨੂੰ ਵੀ ਅੱਛਾ ਲੱਗਾ ਮੈਨੂੰ ਲੱਗਦਾ, ਪਰ ਇੱਕ ਮੇਰੇ ਮਨ 'ਚ ਜਿਹੜੀ ਗੱਲ ਆ ਮੈਂ ਕਹਿ ਦੇਵਾਂ, ਬਾਣੀ ਅਤੇ ਬਾਣਾ ਮੈਨੂੰ ਲੱਗਦਾ ਤੁਸੀਂ ਕੀਰਤਨੀਏ ਨਹੀਂ, ਕਿਉਂ ਕੀਰਤਨੀਏ ਦਾ ਜਿਹੜਾ ਬਾਣਾ ਨਾ ਇਹ ਦਸਤਾਰ ਦਾ ਕਲਰ ਵੀ ਕੀਰਤਨੀਏ ਵਾਲਾ ਨਹੀਂ, ਕਿਉਂ ਭਲੋ ਭਲੋ ਰੇ ਕੀਰਤਨੀ ਦਾੜੀ ਵੀ ਖੋਲ੍ਹ ਕੇ, ਕਿਉਂਕਿ ਜਦੋਂ ਲੋਕੀ ਟੀ ਵੀ 'ਤੇ ਦੇਖਣ ਉਹਨੂੰ ਯਾਦ ਆਵੇ ਵੀ ਇਹ ਗੁਰੂ ਨਾਨਕ ਦਾ ਮਰਦਾਨਾ ਕੀਰਤਨੀ ਹੈ ਨਾ, ਸਾਨੂੰ ਉਹੀ ਤਲਾਸ਼ ਹੈ ਨਾ। ਅਤੇ ਇਸ ਕਰਕੇ ਤੁਹਾਨੂੰ ਮੇਰੇ ਵੱਲੋਂ ਤਾਂ ਇਹ ਬੇਨਤੀ ਹੈ, ਬਾਣੀ 'ਤੇ ਬਾਣਾ ਦਾੜੀ ਖੋਲ੍ਹ ਕੇ। ਹਾਂਜੀ ਭਾਈ ਨਿਰਮਲ ਸਿੰਘ ਜੀ ਕੁਝ ਆਖਣਗੇ। ਵੈਸੇ ਸੋਢੀ ਸਾਹਿਬ ਹੋਣਾ ਦੀ ਗੱਲ ਦੀ ਮੈਂ ਤਾਈਦ ਕਰਦਾ ਕਿ ਐਮ ਐਚ 1 ਸ਼ਰਧਾ ਚੈਨਲ ਦਾ ਜੋ ਪਰਪਸ ਹੈ ਉਹ ਹੈ ਕਿ ਸਿੱਖ ਪੰਥ ਵਿੱਚ ਵਧੀਆ ਕੀਰਤਨੀਆਂ ਚੁਣਨਾ, ਅਤੇ ਉਹ ਕੇਵਲ ਆਵਾਜ਼ ਨਾਲ ਨਹੀਂ, ਆਵਾਜ਼ ਵਾਲੇ 'ਤੇ ਬੜੇ ਬੜੇ ਲੋਕ ਪਏ ਨੇ, ਬਹੁਤ ਬਹੁਤ ਅੱਛੇ, ਕੋਈ ਵੀ ਆ ਸਕਦਾ ਹੈ। ਉਹਦੇ ਨਾਲ ਜਿਵੇਂ ਕਿ ਆਪ ਜੀ ਨੇ ਸੁੰਦਰਤਾ ਨੂੰ ਇਹ ਦਾੜੀ ਦਿੱਤੀ ਹੈ ਪਾਤਸ਼ਾਹ ਨੇ, ਇਹਨੂੰ ਕੀਰਤਨੀਆਂ ਵਾਂਗ ਬਣਾ ਕੇ ਕੱਲ੍ਹ ਨੂੰ ਤੁਸੀਂ ਤੁਹਾਨੂੰ ਕੀਰਤਨ ਕਰਨਾ ਪਵੇਗਾ ਸਟੇਜ 'ਤੇ, ਤਾਂ ਮੇਰਾ ਖਿਆਲ ਤੁਸੀਂ ਇਸ ਤਰੀਕੇ ਨਾਲ ਨਹੀਂ ਕਰੋਗੇ, ਅਤੇ ਤੁਸੀਂ ਸਾਡੇ ਰੋਲ ਮਾਡਲ ਬਣਨਾ ਕੀਰਤਨੀਆਂ ਨੇ, ਅਤੇ ਮੇਰੇ ਖਿਆਲ ਤੁਸੀਂ ਇਸ ਗੱਲ ਨੂੰ ਧਿਆਨ 'ਚ ਰੱਖੋ। ਵੈਸੇ ਸੁਰ ਦਾ ਮਾਮਲਾ ਜਿਹੜਾ ਬਹੁਤ ਅੱਛਾ, ਤੁਸੀਂ ਬਿਹਤਰੀਨ ਹੁੰਦਾ ਹੈ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਪਾਰ ਬੇਅੰਤ ਸੁਹਾਵੀ, ਉੱਚੇ ਅਪਾਰ ਬੇਅੰਤ ਸੁਹਾਵੀ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਸਿੰਘ ਜੀ ਤੁਸੀਂ ਬਹੁਤ ਅੱਛਾ ਭਾਵਨਾ ਨਾਲ ਗਾਇਆ, ਅਤੇ ਜੱਜ ਸਾਹਿਬਾਨ ਬਹੁਤ ਪਿਆਰ ਨਾਲ ਸੁਣ ਰਹੇ ਸੀ, ਅਤੇ ਜਦੋਂ ਤੁਸੀਂ ਥਰੜੀਆਂ ਸੁਰਾਂ ਲਾਉਂਦੇ ਸੀ ਮੈਨੂੰ ਲੱਗਦਾ ਜਵਾਈ ਜੀ ਨੇ ਕਹਿਣਾ ਤੁਸੀਂ ਇੱਕ ਦੋ ਥਾਂ 'ਤੇ ਮੈਨੂੰ ਲੱਗਿਆ, ਪਰ ਤੁਸੀਂ ਗਾਇਆ ਬਹੁਤ ਸੁਣਿਆ, ਸਾਨੂੰ ਅੱਗੇ ਕੰਪੀਟੀਸ਼ਨ ਤੁਹਾਡੇ ਤੋਂ ਬਹੁਤ ਉਮੀਦ ਹੈ। ਭਾਈ ਨਿਰਮਲ ਸਿੰਘ ਜੀ, ਆਉਣ ਵਾਲੇ ਸਮੇਂ 'ਚ ਅਸੀਂ ਲੋਕ ਆਪਣੀ ਮਰਜ਼ੀ ਨਾਲ ਵੀ ਤੁਹਾਡੇ ਕੋਲ ਸੁਣ ਸਕਦੇ ਹਾਂ ਕੁਝ, ਇਹ ਸੁਣਾਓ, ਹੁਣ ਤਾਂ ਤੁਹਾਡੀ ਚੁਆਇਸ ਹੈ ਨਾ, ਲੇਕਿਨ ਮੈਨੂੰ ਲੱਗਾ ਕਿ ਬੜਾ ਸੁਰੀਲਾ ਹੈ, ਤੂੰ ਹੋਰ ਵੀ ਅੱਛੇ ਤਰੀਕੇ ਨਾਲ ਗਾ ਸਕਦਾ ਹੈ, ਅਤੇ ਸੋਢੀ ਸਾਹਿਬ ਰੀਤਾਂ ਬਾਰੇ ਕੁਝ ਕਹਿਣਾ ਚਾਹੁੰਦੇ ਨੇ। ਨਹੀਂ, ਰੀਤ ਤਾਂ ਮੈਨੂੰ ਬੜਾ ਵਧੀਆ ਲੱਗਾ, ਉਹਨਾਂ ਨੇ ਭਾਵਨਾ ਨਾਲ ਰੀਤ ਗਾਈ ਹੈ, ਬੜੇ ਸਾਦੇ ਭਾਵਨਾ ਨਾਲ ਸੁਰ ਵੀ ਹੈ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁੱਕ ਹੈ, ਕੰਠ ਬਿਨਾਂ ਕੈਸੇ ਗਾਵਣ ਹਾਰੇ, ਜੇ ਕੰਠ ਨਾ ਹੋਵੇ ਤਾਂ ਫਿਰ ਭਾਵਨਾ ਵੀ ਕੁਝ ਨਹੀਂ ਕਰਦੀ। ਤੁਸੀਂ ਖਿਆਲ ਰੱਖਣਾ ਜੋ ਇਹਨਾਂ ਨੇ ਨਿਰਣਾ ਲਿਆ ਬਈ ਭਾਵਨਾ ਵੀ ਅਤੇ ਨਾਲ ਸੁਰ ਵੀ ਤੁਹਾਡੀ ਪਰਪੱਕ ਹੋਣੀ ਚਾਹੀਦੀ ਹੈ। ਜਵਾਏ ਜੀ ਬਹੁਤ ਪ੍ਰਸਿੱਧ ਸੰਗੀਤ ਨਿਰਦੇਸ਼ਕ ਨੇ, ਅਕਸਰ ਜਦੋਂ ਅਸੀਂ ਕੈਸਟਾਂ ਕਰੀਦੀਆਂ ਇੱਕ ਇੱਕ ਸੁਰ ਨੂੰ ਇਹ ਬੜਾ ਧਿਆਨ ਨਾਲ ਦੇਖਦੇ, ਮੈਂ ਸਮਝ ਗਈ ਜਦੋਂ ਤੁਸੀਂ ਥੱਲੇ ਸੁਰ ਲਾ ਰਹੇ ਥੋੜ੍ਹੀ ਨਾ ਸੁਰ ਫਿੱਕੀ ਲੱਗ ਰਹੀ ਸੀ, ਅਤੇ ਉਹ ਜਵਾਏ ਜੀ ਨੇ ਆਪਣੀ ਨੂੰ ਦੱਸ ਦਿੱਤਾ। ਤੁਸੀਂ ਖਿਆਲ ਰੱਖਣਾ ਜੀ, ਉਹ ਆਇਆ ਤਾਂ ਵਾਹਿਗੁਰੂ ਜੀ ਕੀ ਫਤਿਹ।
इस युग नू से देन वाले श्री गुरु नानक देव जी तो तुरी इस रूहानी संगीत दी परंपरा दा भविख ने साडे ए नौजवान कीर्तनी है ते इन्ना दे नाल असी रूबरू होवांगे इस निक्के जे ब्रेक तो बाद। भलो भलो रे कीर्तनिया। गुरबाणी इस जग में जानन ते इस चानन नू बड़े ही सुरीले टांग दे नाल चारों पासे बिखेर दे प्रोग्राम भलो भलो रे कीर्तनिया दे विच मैं मिसिंग ब्रेक तो बाद एक बार फिर तुहाडे सारयां दा स्वागत करदी हां। ते साडे प्री क्वार्टर फाइनल राउंड्स दा एक बड़ा ही इंटरेस्टिंग सिलसिला चलदा पिया है ते आओ इस सिलसिले नू अगे तोड़दे हां ते बुलाने हां साडे अगले कंटेस्टेंट नू। मेरी एक सुर दबो, मैं एक बारी भाई साहब तो शब्द पैसा बभी अमृत वे बोलिया बभी अमृत वे बोलिया आदर सुनी पुकार पर जो कंपोजिशन है उनके सिर पे असीं तुहानूं रखिया ये भी गल नाल आ गई जो तुसीं कंपोजिशन बहुत चंगी तरह नवाई है क्योंकि जदों असीं किसी भी नकल करदे जां तां सुर पूरे लगन जिद्दां उधर लाए आ जां फिर अपनी चीज होवे ना जे किसे दा गाउणा पूरियां सुरां लगन होई देखो कि अगा कर सकते ने कुछ तानू कुछ करना पेगा और हर बार इस तरह नहीं चलेगा क्योंकि ठीक अच्छा गाया है स्वर च गाया है पर अगा तानू गुरमत शैली मुताबिक भी तरना पड़ेगा। बहुत धन्यवाद। कुर्बान जाई
उस वेला सोगाबी जित तुम द्वारे आया जित तुम द्वारे जित तुम द्वारे जित तुम द्वारे नानक को रब पै कृपाला नानक को रब पै कृपाला सतगुर पूरा सतगुर पूरा पाया सतगुर पूरा पाया सतगुर पूरा पाया गुरबान जाई गुरबान जाई उस वेला सोना गुरबान जाई उस वेला सोना बेटे थोड़ा तुसी घबरा रहे सी एक घबराहट तो दूर करो थोड़े चेहरे तो भी दस दी चेहरा शीशा है ना आईना कदी झूठ नहीं बोलता ते पर अगे नहीं इस तरह चलेगा कोई बहाना जा घबराहट कला खराब अगे ते ज्यादा मेहनत करने की लोड़ है वो करो नहीं पर उत्थे ते तुहाडी चलनी है गल तुहाडे गुण नूं असीं वेखणा ਸਾਡੇ ਗੁਣ ਦੀ ਇੱਥੇ ਕਦਰ ਨਹੀਂ ਇੱਥੇ ਤੁਹਾਡੇ ਤੇ ਪੈਣੀ ਤੁਹਾਨੂੰ ਰੱਖਿਆ ਇਹਨਾਂ ਨੇ ਤਾਂ ਤੁਸੀਂ ਜਿਵੇਂ ਇੱਕ ਕੀਰਤਨੀਏ ਨੂੰ ਸ਼ਬਦ ਗਾਉਣਾ ਚਾਹੀਦਾ ਤੁਸੀਂ ਉਸ ਤਰ੍ਹਾਂ ਪੇਸ਼ ਕੀਤਾ ਉਸ ਤਰ੍ਹਾਂ ਉਹ ਲਹਿਜੇ ਨਾ ਉਹ ਭਾਵਨਾ ਨਾ ਇਸ ਕਰਕੇ ਤੁਹਾਨੂੰ ਨਾ ਰੱਖਿਆ ਅਸੀਂ ਕੁਝ ਆਸ ਰੱਖਦੇ ਤੁਹਾਡੇ ਤੋਂ Arjun Guru Sakil Srishti Lakib Taro Sakil Srishti Lakib Taro Sakil Srishti Lakib Taro Arjun Guru Arjun Guru Arjun Guru Arjun Guru सत संतो धरियो आ आ आ सतगुरु सतनाम सत संतो धरियो आदि पुरख पर तक लिखियो माचिर मास्तिक आदि पुरख पर तक लिखियो अचिर मास्तिक तुम सकल सृष्टि लकब तरो सकल सृष्टि लकब तरो अरि जग जहा अरि जग गुरु अरि जग जहा अरि जग गुरु ਸਤਵੀਰ ਸਿੰਘ ਜੀ ਤੁਸੀਂ ਬਹੁਤ ਅੱਛਾ ਗਾਇਆ ਭਾਈ ਨਿਰਮਲ ਸਿੰਘ ਜੀ ਕੁਝ ਆਖਣਗੇ ਮੈਂ ਅੱਛਾ ਗਾਉਣ ਦੀ ਪੁਸ਼ਟੀ ਕਰਦਾ ਹੈ ਲੇਕਿਨ ਮੈਂ ਸਮਝਦਾ ਕਿ ਜਿੰਨੀ ਵਿਖੜੀ ਇਹ ਰੀਤ ਸੀ ਇੰਨੀ ਵਿਖੜੀ ਨਾ ਅਸੀਂ ਕਰਦੇ ਕਿ ਉਹ ਸ਼ਬਦ ਨੂੰ ਨਿਕਲ ਜਾਵੇ
ਸ਼ਬਦ ਦੇ ਕਾਰਨ ਸੋਢੀ ਸਾਹਿਬ ਹੈ ਤੇ ਸ਼ਬਦ ਦੇ ਕਾਰਨ ਮੈਂ ਸਾਡੇ ਜਿਹਨੂੰ ਕੌਣ ਪੁੱਛਦਾ ਹੈ ਜੋ ਵੀ ਹੈ ਇਹ ਸ਼ਬਦ ਦੀ ਬਦੌਲਤ ਹੈ ਸ਼ਬਦ ਦੀ ਪ੍ਰਧਾਨਤਾ ਰੱਖਣੀ ਔਰ ਬੜੇ ਸੁਰੀਲੇ ਹੋ ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਗ ਦੇ ਵਿੱਚ ਪਾਇਆ ਕਿ ਸ਼ਬਦ ਨੂੰ ਗਾਵਿਆ ਇਸੇ ਤਰੀਕੇ ਨਾਲ ਜੇ ਸੋਨੇ ਦਾ ਬਰਤਨ ਹੋਵੇ ਤੇ ਵਸਤੂ ਵੀ ਉਹਦੇ ਵਿੱਚ ਵਧੀਆ ਪੀ ਹੋਵੇ ਤੇ ਫਿਰ ਅੱਛੀ ਲੱਗਦੀ ਹੈ ਤੁਸੀਂ ਇੰਨਾ ਸੁਰ ਚ ਗਾਉਂਦੇ ਹੋ ਬਹੁਤ ਅੱਛਾ ਲੱਗਾ ਔਰ ਅੱਜ ਜਿਸ ਤਰ੍ਹਾਂ ਪਹਿਲਾਂ ਬੱਚੀ ਨੂੰ ਸੁਣਿਆ ਸੀ ਇਸੇ ਤਰੀਕੇ ਨਾਲ ਤੁਸੀਂ ਬੜੇ ਸੁਰੀਲੇ ਹੋ ਪਰ ਸ਼ਬਦ ਨੂੰ ਪਹਿਲ ਦਿਓ ਕਾਫੀ ਸਾਰੀਆਂ ਕੰਪੋਜੀਸ਼ਨਾਂ ਰੀਤਾਂ ਕੁਛ ਸਾਦੀਆਂ ਚੁਣੋ ਸੁਰ ਭਾਵੇਂ ਜਿੰਨੇ ਮਰਜ਼ੀ ਵਿੱਚ ਲਗਾਓ ਔਰ ਰਾਗ ਰੀਤ ਅੱਗੇ ਬੜਾ ਵਿਖੜਾ ਪੈਂਡਾ ਆ ਰਿਹਾ ਜਿਹੜਾ ਉਹਨੂੰ ਤੈਅ ਕਰਨਾ ਪੈਣਾ ਹੈ ਥੋੜਾ ਸਾਨੂੰ ਮਿਹਨਤ ਕਰਨੀ ਪਏਗੀ ਗੁਰ ਤਾਰ ਤਾਰਨ ਹਾਰਿਆ 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 ਦੇ ਭਗਤ ਪੂਰਨ ਅਵਿਨਾਸੀ ਦੇ ਭਗਤ ਪੂਰਨ ਅਵਿਨਾਸੀ ਹੋ ਤੁਝ ਕੋ ਬਲਿਹਾਰਿਆ ਗੁਰ ਤਾਰ ਤਾਰਨ ਹਾਰਿਆ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੇ ਮਤ ਜਾਈ ਪਵਨ ਲਗੇ ਮਤ ਜਾਈ ਸਨਮੁਖ ਸਿੱਧ ਭੇਟਣ ਗੋਆਏ ਨੀਚੋ ਦੇ ਵਗਾਈ ਗੁਰ ਤਾਰ ਤਾਰਨ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਅੰਤਰਾ ਗਾ ਲਓ ਸਿੱਧ ਸਾਧਕ ਜੋਗੀ ਅਰੇ ਜਗਮਾ ਸਿੱਧ ਸਾਧਕ ਚੌਕੀ ਚੌਕੀ ਅਰੇ ਜੰਗਮ 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 ਸਿੱਧ ਸਾਧਕ ਜੋਗੀ ਅਰੇ ਜੰਗਮ ਇੱਕ ਸਿੱਧ ਜਿੰਨੀ ਸਿੱਧ ਜਿੰਨੀ ਗੁਰਪ੍ਰੀਤ ਜੀ ਤੁਸੀਂ ਬਹੁਤ ਅੱਛਾ ਪਰਫਾਰਮ ਕੀਤਾ ਪਰ ਮੈਨੂੰ ਏਦਾਂ ਫੀਲ ਹੁੰਦਾ ਕਿ ਸਾਡਾ ਜਿਹੜਾ ਕੰਪੀਟੀਸ਼ਨ ਹੈ ਨਾ ਉਹ ਸ਼ਬਦ ਪ੍ਰਧਾਨ ਹੈ ਠੀਕ ਹੈ ਮੁਰਕੀ ਪ੍ਰਧਾਨ ਕੰਪੀਟੀਸ਼ਨ ਹੀ ਹੈ ਗੁੱਸਾ ਨਹੀਂ ਕਰਨਾ ਵੀ ਜਿੰਨਾ ਸਾਨੂੰ ਤਾਂ ਸਾਨੂੰ ਸ਼ਬਦ ਨਾਲ ਪਿਆਰ ਹੋਣਾ ਚਾਹੀਦਾ ਹੈ ਨਾ ਅਸੀਂ ਗਾਇਕੀ ਵੀ ਜ਼ਰੂਰ ਦੇਖਣੀ ਹੈ ਸੁਰ ਵੀ ਜ਼ਰੂਰ ਦੇਖਣਾ ਪਰ ਜਿੰਨੇ ਮੈਂ ਤੁਸੀਂ ਰੂਪਕ ਤਾਲ ਜਿੰਨਾ ਤੁਸੀਂ ਸ਼ਬਦ ਨੂੰ ਘੁਮਾਇਆ ਨਾ ਇੰਨੀ ਲੋੜ ਨਹੀਂ ਸੀ ਵੈਸੇ ਇਹਨਾਂ ਨੇ ਜੋ ਗੱਲ ਕਹੀ ਹੈ ਮੈਂ ਸਹਿਮਤ ਹਾਂ ਪਰ ਮੇਰਾ ਵਿਚਾਰ ਹੈ ਕਿ ਤੁਹਾਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਸੁਰੀਲਾ ਹੈ ਲੇਕਿਨ ਸ਼ਾਇਦ ਤੂੰ ਇਸ ਤਰੀਕੇ ਨਾਲ ਗਾ ਰਿਹਾ ਕਿ ਮੈਂ ਕੁਛ ਜ਼ਿਆਦਾ ਸੁਰੀਲਾ ਅਤੇ ਐਸੀ ਵੀ ਗੱਲ ਨਹੀਂ ਗੀ ਉਸ ਕਰਕੇ ਤੂੰ ਕਿਤੇ ਕਿਤੇ ਫਿੱਕਾ ਪਿਆ ਤੈਨੂੰ ਵੀ ਪਤਾ ਜਿੱਥੇ ਜਿੱਥੇ ਫਿੱਕਾ ਪਿਆ ਤੂੰ ਉਹ ਤੂੰ ਘਰੇ ਨਹੀਂ ਫਿੱਕਾ ਪਿਆ ਹੋਏਗਾ ਹੁਣ ਪਿਆ ਅਸੀਂ ਆਸ ਨਹੀਂ ਰੱਖਦੇ ਕਿਉਂਕਿ ਤੁਸੀਂ ਵੱਡੇ ਏਡੇ ਵੱਡੇ ਚੱਜ ਬੈਠੇ ਹੁਣ ਜਾਂ ਸਾਡੇ ਕਿਹੜਾ ਸਿੰਘ ਲੱਗੇ ਆ ਏਡੇ ਵੱਡੇ ਵੀ ਨੇਗੇ ਸਵਾਲ ਇਸ ਗੱਲ ਦਾ ਹੈ ਕਿ ਸ਼ਬਦ ਵਿੱਚ ਜਿਹੜੀ ਰਵਾਨਗੀ ਹੁੰਦੀ ਨਾ ਉਹ ਨਦੀ ਜੇ ਮਰਿਆਦਾ 'ਚ ਵਹੇ ਤਾਂ ਬੜੀ ਅੱਛੀ ਹੁੰਦੀ ਹੈ
ਤੇ ਜੇ ਉਹ ਹੜ ਆ ਜਾਵੇ ਤਾਂ ਕਈਆਂ ਨੂੰ ਰੁੜਿਆ ਸ਼ਬਦ ਦਾ ਪਤਾ ਉਦੋਂ ਲੱਗਦਾ ਜਦੋਂ ਅਸੀਂ ਅੱਖਾਂ ਬੰਦ ਕਰਕੇ ਉਹਦੇ ਵਿਵਹਾਰ ਦੇ ਵਿੱਚ ਚੱਲ ਜਾਂਦੇ ਸਾਨੂੰ ਏਦਾਂ ਅੱਖਾਂ ਜਦੋਂ ਸਾਨੂੰ ਅੱਖਾਂ ਖੋਲਣ ਦੀ ਲੋੜ ਪੈ ਜਾਵੇ ਸਮਝੋ ਵੀ ਕੁਛ ਗੜਬੜ ਹੋ ਗਈ ਲੇਕਿਨ ਤੁਹਾਨੂੰ ਅਸੀਂ ਮੌਕਾ ਦੇ ਕੇ ਸਾਡੇ ਅਸੀਂ ਮੌਕਾ ਤੁਹਾਨੂੰ ਦੇ ਰਹੇ ਹਾਂ ਅੱਗੇ ਤੁਸੀਂ ਰਾਊਂਡ 'ਚ ਖੇਡੋ ਅੱਗੇ ਤੁਸੀਂ ਹਿੱਸਾ ਲਓ ਜਿਹਵਾ ਇੱਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਜਿਹਵਾ ਇੱਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਜਿਹਵਾ ਇੱਕ ਕਵਨ ਗੁਣ ਕਹੀਐ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਵਾਹਿਗੁਰੂ ਜੀ ਇੰਦਰਪਾਲ ਸਿੰਘ ਜੀ ਤੁਸੀਂ ਬਹੁਤ ਅੱਛਾ ਗਾਇਆ ਪਰ ਜੱਜ ਸਾਹਿਬਾਨ ਕੁਝ ਆਪ ਜੀ ਨਾਲ ਇੰਦਰਪਾਲ ਜੀ ਤੁਹਾਡੀ ਭਾਵਨਾ ਇੱਕ ਬਹੁਤ ਅੱਛੀ ਸ਼ਬਦ ਦੇ ਨਾਲ ਬਹੁਤ ਸੋਹਣਾ ਜੋੜਿਆ ਸਾਨੂੰ ਇੱਕ ਤੁਸੀਂ ਅੰਤਰਾ ਬਹੁਤ ਸੋਹਣਾ ਗਾਇਆ ਹਾਲੇ ਕਿ ਇਸ ਤਰ੍ਹਾਂ ਉੱਪਰ ਵਾਲੀਆਂ ਸੁਰਾਂ ਸਾਨੂੰ ਲੱਗੀਆਂ ਵੀ ਉਹ ਤੁਸੀਂ ਪ੍ਰੋਪਰ ਜਿਹਨੂੰ ਅਸੀਂ ਢਿੱਡੋਂ ਕਹਿੰਦੇ ਉਹ ਨਹੀਂ ਗਾਈਆਂ ਹੈ ਨਾ ਉੱਪਰ ਉੱਪਰ ਗਾਈਆਂ ਪਰ ਫਿਰ ਵੀ ਜਿੱਦਾਂ ਤੁਸੀਂ ਰਸ ਨਾਲ ਗਾਇਆ ਤੁਸੀਂ ਬਹੁਤ ਅੱਛਾ ਗਾਇਆ ਭਾਈ ਨਿਰਮਲ ਸਿੰਘ ਜੀ ਇਸੇ ਆਵਾਜ਼ ਵਿੱਚ ਦਮ ਨਾਲ ਹੋਰ ਤੁਸੀਂ ਕੀਰਤਨ ਕਰੋਗੇ ਨਾ ਤਾਂ ਜ਼ਿਆਦਾ ਆਨੰਦ ਆਏਗਾ ਥੋੜਾ ਦਮ ਨਾਲ ਤੇ ਅੱਜ ਇੱਥੇ ਮੁਕੰਮਲ ਹੁੰਦਾ ਹੈ ਭਲੋ ਭਲੋ ਰੇ ਕੀਰਤਨੀਆਂ ਦੇ ਵਿੱਚ ਪ੍ਰੀ ਕੁਆਟਰ ਫਾਈਨਲ ਰਾਊਂਡਸ ਦਾ ਇਹ ਸਿਲਸਿਲਾ ਤੇ ਹੁਣ ਸ਼ੁਰੂ ਹੋਣਗੇ ਸਾਡੇ ਕੁਆਟਰ ਫਾਈਨਲ ਰਾਊਂਡਸ ਜੀ ਹਾਂ ਇਹ ਕੁਆਟਰ ਫਾਈਨਲਿਸਟ ਸਾਡੇ ਜੱਜਸ ਨੇ ਸਿਲੈਕਟ ਕਰ ਲਿੱਤੇ ਨੇ ਤੇ ਹੁਣ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਭਲੋ ਭਲੋ ਰੇ ਕੀਰਤਨੀਆਂ ਦੇ ਅਗਲੇ ਐਪੀਸੋਡ ਯਾਨੀ ਕਿ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਉਦੋਂ ਤੱਕ ਲਈ ਨਿੰਮੀ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੋ ਭਲੋ ਰੇ ਕੀਰਤਨੀਆਂ